ਯੂਅਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਡਾਟ ਸਾਬਾ ਐਂਡ ਵਾਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਫੇਸਬੁੱਕ ਕੁਝ ਮੈਸੇਜਸ ਨੇ ਵੀਰ ਹਰਮੇਲ ਸਿੰਘ ਲਿਖਤੇ ਨੇ ਵਰਜੀ ਕਾ ਖਾਲਸਾ ਜੀ ਨੂੰ ਫਤਿਹ ਸੋਚੇ ਖਾਲਸਾ ਪੰਥ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਗੁਰੂ ਸਾਹਿਬ ਸਾਨੂੰ ਸਤਬ ਨੂੰ ਆਤਮਿਕ ਸੋਜੀ ਉੱਚੀ ਮਤ ਬਖਸ਼ਣ ਬਹੁਤ-ਬਹੁਤ ਸ਼ੁਕਰੀਆ ਵੀਰ ਹਰਮੇਲ ਸਿੰਘ ਜੀ ਵੀਰ ਸਤਪਾਲ ਸਿੰਘ ਪੁਰੇਵਾਲ ਲਿਖਤੇ ਨੇ ਸੈਟਲ ਤੋਂ ਡਾਟ ਸਾਬ ਜੀ ਆਪ ਜੀ ਨੂੰ ਬੀਬਾ ਨੀਲਮ ਕੌਰ ਟੀਵੀ 84 ਦੀ ਸਾਰੀ ਟੀਮ ਤੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦਾ ਆਸਿਆ ਪ੍ਰਵਾਨ ਕਰੋਗੇ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਵੀਰ ਕੁਲਦੀਪ ਸਿੰਘ ਖਾਮ ਫਤਿਹ ਬਲਾਖੇ ਲਿਖਦੇ ਨੇ ਡਾਟਸਰ 78284 پراਉਡ ਆਫ ਯੂ ਡਾਟਸਰ ਬਹੁਤ ਸ਼ੁਕਰੀਆ ਵੀਰ ਕੁਲਦੀਪ ਸਿੰਘ ਜੀ ਵੀਰ ਪ੍ਰੀਤਮ ਸਿੰਘ ਦਿਖਤ ਨੇ ਡਾਟਸਰ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਬਹੁਤ ਸ਼ੁਕਰੀਆ ਵੀਰ ਜੀ ਗੁਰਮੀਤ ਸਿੰਘ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਜੀਤਾ ਸੰਧਰ ਟੀਵੀ 84 ਗੁੱਡ ਜੌਬ ਖਾਲਸਤਾਨ ਜ਼ਿੰਦਾਬਾਦ ਆ ਜਿੰਦਾਬਾਦ ਜਿੰਦਾਬਾਦ ਜਸਦੀਪ ਸਿੰਘ ਨਵਾਂ ਸਾਲ ਮੁਬਾਰਕ ਤੁਹਾਨੂੰ ਵੀ ਹੋਰ ਸਮੁੱਚੇ ਪੰਥ ਨੂੰ ਜਗਜੀਤ ਸਿੰਘ ਗਰਚਾ ਵਾਇਰ ਜੀ ਦਾ ਖਾਲਸਾ ਵਾਇਰ ਜੀ ਫਤਿਹ ਬਹੁਤ ਸ਼ੁਕਰੀਆ ਗਰਚਾ ਸਾਹਿਬ ਗੁਰਦੇਵ ਸਿੰਘ ਜੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਮਹਿੰਦਰ ਕੌਰ ਵਾਇ ਗੁਰੂ ਜੀ ਅਜਮਲ ਰਫੀਕ ਡਾਕਟਰ ਸਾਹਿਬ ਜਿੰਦਾਬਾਦ ਰਬ ਦਾ ਨਾਮ ਹਮੇਸ਼ਾ ਰਹਿਣ ਵਾਲਾ ਹੈ ਉਹਦਾ ਹੀ ਜਿਹੜਾ ਸਾਡੇ ਅੰਦਰ ਕੰਨ ਰਹੇ ਬਾਕੀ ਸਾਨੂੰ ਸਤਿਗੁਰੂ ਸਮਰਥਾ ਦੇਵਨ ਕੇ ਅਸੀਂ ਸਾਬਤ ਕਰਦਮਾਂ ਨਾਲ ਤੁਰਦੇ ਰਹੀਏ ਬਹੁਤ ਸ਼ੁਕਰੀਆ ਰਫੀਕ ਸਾਹਿਬ ਜੈਸ ਪੰਡਾਲ ਡਾਕਟਰ ਸਾਹਿਬ ਗੁੱਡ ਜੌਬ ਖਾਲਸਤਾਨ ਜ਼ਿੰਦਾਬਾਦ ਵੀਰ ਦਲਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਜੀ ਨੀਲਮ ਕੌਰ ਜੀ ਟੀਵੀ 84 ਦੀ ਸਾਰੀ ਟੀਮ ਤੇ ਸਾਰੇ ਸੁਣਨ ਵਾਲਿਆਂ ਨੂੰ ਵਾਇਰ ਜੀ ਦਾ ਖੰਸਾ ਜੀ ਦੇ ਫਤਿਹ ਆਪ ਸਭ ਨੂੰ ਉਹਦੇ ਸਾਰੀ ਸਿੱਖ ਕੌਮ ਨੂੰ ਸੰਬਤ 559 ਨਾਨਕਸ਼ਹੀ ਨਵਾਂ ਸਾਲ ਜੋ ਪਹਿਲੀ ਚੇਤੂ ਆਰੰਭ ਹੋਇਆ ਹੈ ਦੀਆਂ अनेका अनेਕ अनेਕ ਨੇਕ ਵਧਾਈਆਂ ਜੀ ਵਾਹਿਗੁਰੂ ਜੀ ਸਾਰੇ ਸਿੱਕ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਸਮਤ ਬਖਸ਼ਣ ਤਾਂ ਕਿ ਖਾਲਸਾ ਰਾਜ ਦੀ ਪ੍ਰਾਪਤੀ ਹੋ ਸਕੇ ਬਹੁਤ ਸ਼ੁਕਰੀਆ ਵੀ ਦਲਜੀਤ ਸਿੰਘ ਜੀ ਤੁਸੀਂ ਜਿਹਨੂੰ ਕਹਿੰਦੇ ਨੇ ਵੀ ਕੁਝੇ ਚ ਸਮੁੰਦਰ ਬੰਦ ਕਰਨਾ ਕਿ ਆਲਟੀਮੇਟਲੀ ਇਕੱਠੇ ਹੋ ਕੇ ਜਿਹੜਾ ਅਸੀਂ ਕੁਝ ਹਾਸਲ ਕਰ ਸਕਦੇ ਹਾਂ ਜੀ ਬਿਲਕੁਲ ਔਰ ਤੁਹਾਡਾ ਬਹੁਤ ਸ਼ੁਕਰੀਆ ਜੀ ਰਦਰ ਸਾਹਿਬ ਇੱਕ ਮੈਂ ਇਹ ਦੱਸਦੇ ਆ ਵੀ ਸਾਡੇ ਕੁਝ ਵੀਰ ਜਿੱਥੇ-ਜਿੱਥੇ ਬੈਠੇ ਨੇ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਮੈਸੇਜ ਵੀ ਕੋਈ ਕੌਮ ਪੱਖੋਂ ਸਾਡੇ ਵੱਲੋਂ ਜਾਂਦਾ ਹੈ ਉਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਂਦੇ ਨੇ ਆਪਣੇ ਤੌਰ ਤੇ ਮੇਰਾ ਤਾਂ ਕੋਈ ਕਿਸੇ ਨਾਲ ਸੰਪਰਕ ਨਹੀਂ ਹੈ ਜੀ ਅਸੀਂ ਜਦੋਂ ਇੱਥੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਦੇ ਜਨਮ ਦਿਨ ਦੇ ਮੌਕੇ ਤੇ ਸਾਨੂੰ ਉਹਨਾਂ ਨੇ ਜਿਹੜਾ ਚੀਫ ਗੈਸਟ ਦੇ ਤੌਰ ਤੇ ਇਨਵਾਈਟ ਕੀਤਾ ਉਹਦੇ ਚ ਅਸੀਂ ਐਡਰੈਸ ਵੀ ਕੀਤਾ ਔਰ ਬਾਅਦ ਚ ਇੱਕ ਟੀਵੀ ਚੈਨਲ ਨੇ ਇੰਟਰਵਿਊ ਵੀ ਕੀਤਾ ਔਰ ਕੱਲ ਹੀ ਸਾਨੂੰ ਇੱਕ ਲਿੰਕ ਪਰਸੋਂ ਜੀ ਸਾਡੇ ਵੀਰ ਨੇ ਵਾਸ਼ਿੰਗਟਨ ਤੋਂ ਭੇਜਿਆ ਇਹ ਪਾਕਿਸਤਾਨ ਡਿਫੈਂਸ ਦਾ ਵੈਬਸਾਈਟ ਹੈ ਔਰ ਉਹਨਾਂ ਨੇ ਸਾਡੇ ਉਸ ਇੰਟਰਵਿਊ ਚੋਂ ਸਾਡੇ 1-3 ਮਿੰਟ ਦਾ ਕਲਿੱਪ ਜਿਹੜਾ ਹੈ ਉਹ ਉਹਨਾਂ ਨੇ ਪੋਸਟ ਕੀਤਾ ਹੈ ਜਿਹਦੇ ਤੇ 4,39,000 ਲੋਕ ਜਿਹੜੇ ਨੇ ਉਹਨਾਂ ਨੇ ਜਿਹੜਾ ਉਹ ਵਿਜ਼ਿਟ ਕੀਤਾ ਉਸ ਨੂੰ ਦੇਖਿਆ ਹਜ਼ਾਰਾਂ ਦੀ ਗਿਣਤੀ ਸ਼ੇਅਰ ਨੇ ਔਰ ਕਈ ਸੌ ਕਮੈਂਟ ਨੇ ਜੀ ਸੋ ਅਸੀਂ ਉਹਨਾਂ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਔਰ ਸਲਾਤਾ ਦਿੱਤੀ ਹੈ ਔਰ ਉਹਨਾਂ ਦਾ ਵੀ ਜਿਹੜੇ ਕੇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜਿਹੜਾ ਮੈਸੇਜ ਹੈ ਕਿਉਂਕਿ ਸਾਡੇ ਕੋਲ ਬਹੁਤ ਸੀਮਤ ਸਾਧਨ ਨੇ ਅੱਜ ਹਰ ਚੀਜ਼ ਪ੍ਰੋਫੈਸ਼ਨਲ ਹੈ ਜੀ ਪੈਸੇ ਨਾਲ ਹੀ ਬਹੁਤ ਕੁਝ ਜੁੜਿਆ ਹੋਇਆ ਹੈ ਔਰ ਸਾਡੇ ਜਿੰਨੇ ਸੀਮਤ ਸਾਧਨ ਨੇ ਜਿੰਨਾ ਕਸੀਂ ਕਰ ਸਕਦੇ ਹਾਂ ਉਨਾਂ ਹੀ ਕੀ ਕਰਨ ਦੀ ਸਾਡੀ ਕੋਸ਼ਿਸ਼ ਹੈ ਪਰ ਇਹਨਾਂ ਵੀਰਾਂ ਦਾ ਭੈਣਾ ਦਾ ਜਿਹੜਾ ਐਫਰਟ ਹੈ ਉਹ ਸਾਡੇ ਮੈਸੇਜ ਨੂੰ ਦੂਰ ਦੂਰ ਤੱਕ ਪਹੁੰਚਾ ਰਿਹਾ ਸੀ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਮੈਂ ਦੇਖ ਰਿਹਾ ਸੀ ਅੱਜ ਸਟੋਰੀ ਤਾਂ ਇਹ ਕੱਲ ਦੀ ਹੈ ਕਿ ਕੌਪਸ ਨੀਡ ਓਨਲੀ ਐ ਮੁਸਲਮ ਨੇਮ ਟੂ ਫੈਬ੍ਰੀਕੇਟ ਅ ਕੇਸ ਔਰ ਇੱਕ ਫੋਰਮ ਹੈ ਜਿਹਨੂੰ ਇਨੋਸੈਂਸ ਇੰਡੀਆ ਨੈਟਵਰਕ ਉਹਨਾਂ ਨੇ ਬਣਾਇਆ ਔਰ ਉਹਨਾਂ ਦੀ ਕੌਜ਼ੀ ਕੋਰਟ ਦੇ ਵਿੱਚ ਇਸ ਪੀਪਲਸ ਟ੍ਰਿਬਿਊਨਲ ਇਨ ਦਾ ਨਾ ਉਹਨਾਂ ਨੇ ਵੈਸੇ ਪੀਪਲਸ ਟ੍ਰਿਬਿਊਨਲ ਇਨੋਸੈਂਸ ਇੰਡੀਆ ਨੈਟਵਰਕ ਉਹਦੇ ਚੁਣਾ ਨੇ ਉਹਨਾਂ ਲੋਕਾਂ ਨੂੰ ਕੁਝ ਜਿਹੜੇ ਜਨਾ ਤੇ ਝੂਠੇ ਕੇਸ ਬਣਾ ਕੇ ਜੇਲ੍ਹਾਂ ਚ ਰੱਖ ਕੇ ਉਹਨਾਂ ਨੂੰ ਜਿਹੜਾ ਖੱਜਲ ਖੁਆਰ ਕੀਤਾ ਗਿਆ ਔਰ ਬਾਅਦ ਚ ਉਹ ਅਦਾਲਤਾਂ ਵੱਲੋਂ ਇਕਵਿਟ ਹੋਏ ਜੀ ਉਹਦੇ ਚ Or a uh, people's tribunal, that it is easy for the police to fabricate a terror case in the country than to foist a case against a thief because all they need to make a person terrorist is just a Muslim name, said Irshad Ahmed Malik, who was acquitted by the special court in Delhi in December 2016. Malik, who was an informer for the intelligence bureau, was arrested and imprisoned. after he disregarded certain directives from intelligence bureau ke ib ne inu irshad ahmed malik nu apna informant jasus banaya hoya si ki usnu kehnde ne jasus wang ya mukhbar ji aur unhe jadon unnu unhane keha ki tu aa vi kar oh vi kar koi hor kaam ditta ohde chune keha ke ji mainu keha kashmir ch jaake naujawanu taiyar kar jihad de layi pakistan ja inkaar kita to unnu hi unhane keech fasaya hai ਉਨੇ ਇਰਸ਼ਾਦ احمد ਮਲਕ ਨੇ ਇਹ ਗੱਲ ਇਸ ਐਡਰੈਸਿੰਗ ਪੀਪਲਸ ਟ੍ਰਿਬਿਊਨਲ ਔਨ ਸੈਚਰਡੇ ਆਰਗੇਨਾਈਜ਼ਡ ਬਾਈ ਇਨੋਸੈਂਸ ਇੰਡੀਆ ਨੈਟਵਰਕ ਹੀ ਸੈਡ ਦ ਸਪੈਸ਼ਲ ਸੈਲ ਆਫ ਦ ਡੈਲੀ ਪੁਲਿਸ ਵਾਸ ਔਨ ਹਿਸ ਟੇਲ ਆਫਟਰ ਦ ਰੈਸਟ ਆਫ ਹਿਸ ਬਰਦਰ ਇਨ 1991 ਉਨੇ ਕਿਹਾ ਜੀ ਮੇਰਾ ਭਰਾ ਚੱਕ ਰਿਆ ਸੀ 1991 ਚ ਫਿਰ ਮੇਰੇ ਪਿੱਛੇ ਪੈ ਗਏ ਫਿਰ ਮੈਂ ਜਦੋਂ ਆਈਬੀ ਕਸਟਡੀ ਸੀ ਮੈਨੂੰ ਉਹਨਾਂ ਨੇ ਕਿਹਾ ਕਿ ਭਈ ਤੂੰ ਏਜੰਸੀ ਲਈ ਕੰਮ ਕਰ ਤੇਰੀ ਜਾਨ ਵੀ ਬਖਸ਼ ਦੇਾਂਗੇ ਤੇ ਤੈਨੂੰ 7000 ਰੁਪਈਆ ਮਹੀਨੇ ਦਾ ਦੇਾਂਗੇ ਮੈਂ ਲੈਂਦਾ ਰਿਹਾ ਕੰਮ ਵੀ ਕਰਦਾ ਰਿਹਾ they convinced me that I was working for the country کہ تو یہ دیش پکتی دا کام ہے تو کار later they wanted me to go to Pakistan on a secret mission they also asked me to work in Muslim dominated areas and instigate youths to participate in jihad کہ بھی تم پاکستان جا جا ادھر کشمیر جا کے لوکانو مسلمان نوجوانو جہاد رہی پڑکا ارشاد said when he refused to follow orders ارشاد was arrested he fought a legal battle for 11 years to prove his innocence 11 ਸਾਲ ਬਾਅਦ ਕੋਰਟ ਨੇ ਉਹਨੂੰ ਛੱਡਿਆ ਇਹ ਕਹਾਣੀ ਉਹਨੇ ਸੁਣਾਈ ਫਿਰ ਰਸ਼ੀਦ ਹੁਸੈਨ ਇੱਕ ਹੋਰ ਨੌਜਵਾਨ ਹੈ who was an accused in the Jaipur blast in 2008 said i be had a role in every blast that occurred in the country ਉਹਨੇ ਕਿਹਾ ਜੀ ਜਿੰਨੇ ਪੰਪ ਤਮਾਕੇ ਹੋ ਰਹੇ ਨੇ ਔਰ ਇਹੀ ਗੱਲ ਮਿਸਟਰ ਮੁਸ਼ਰਫ ਨੇ ਜਿਨੇ who killed کار ਕਰੇ ਕਿਤਾਬ ਲਿਖੀ ਹੈ ਉਹਨੇ ਕਿਹਾ ਭਾਰਤ ਦੇ ਵਿੱਚ ਜਿੰਨੇ ਤਮਾਕੇ ਹੁੰਦੇ ਨੇ ਸਭ ਇੰਟੈਲੀਜੈਂਸ ਬਿਊਰੋ ਔਰ ਦੀਆਂ ਜਿਹੜਾ ਆਰਐਸਐਸ ਨਾਲ ਜੁੜੀਆਂ ਹੋਈਆਂ ਜੀ I was in Ward and helping blast victims I had interacted with 250 of them in a month after the blast ਜਦੋਂ ਤਮਾਕਾ ਹੋਇਆ ਮੈਂ 250 ਦੇ ਕਰੀਬ ਲੋਕਾਂ ਦੇ ਨਾਲ ਜਿਹੜੇ ਵਿਚਾਰੇ ਜ਼ਖਮੀ ਸੀ ਉਹਨਾਂ ਨਾਲ ਇੰਟਰੈਕਟ ਕੀਤਾ I was detained illegally for several days ਕਈ ਦਿਨ ਮੈਨੂੰ ਗੈਰ ਕਾਨੂੰਨੀ ਤਰੀਕੇ ਨਾਲ ਫੜਿਆ ਗਿਆ The only evidence against me was the email I sent to Yahya Kamakooti who was later let off by the court in the Hubali terror conspiracy ਉਹਨਾਂ ਨੇ ਇਹ ਈਮੇਲ ਤੇ ਬੇਸ ਜਿਹੜੀ ਮੈਂ ਲਿਖੀ ਸੁਧਾਰਨ ਮੈਨੂੰ ਇਹਨਾਂ ਨੇ ਜੀਐਲ ਤੇ ਰਾ ਇਸੇ ਤਰ੍ਹਾਂ ਯਈਆ ਕਾਮਾਕੂਮੀ ਸੈਦ ਇਮਰਾਨ ਜਿਹੜਾ ਮੱਕਾ ਮਸਜਿਦ ਬਲਾਸ ਜਿਹੜੇ ਬਾਅਦ ਵਿੱਚ ਨਿਕਲਿਆ ਵੀ ਇਹਨੇ ਕਰਨਲ ਪ੍ਰੋਤ ਔਰ ਸੀਮਾਨੰਦ ਨੇ ਕੀਤੇ ਨੂੰ ਸੀਮਾਨੰਦ ਛੱਡਤਾ ਤੇ ਇਹਨੂੰ ਹਾਈ ਕੋਰਟ ਨੇ ਛੱਡ ਦਿੱਤਾ ਸੀ ਉਹਨੇ ਫਿਰ ਹੋਰ ਵੀ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਟਿਫਨ ਬਾਕਸ ਬੰਬ ਕੇਸ ਅਹਮਦਾਬਾਦ ਅਬਰਾਰ احمد ਜਿਹਨੂੰ ਜ਼ਬਰਦਸਤੀ ਵਾਦਾ ਮਾਫ ਬਣਾਇਆ ਗਿਆ ਉਹਨਾਂ ਸਾਰਿਆਂ ਨੇ ਨੈਰੇਟਡ देयर ਐਕਸਪੀਰੀਐਂਸਸ ਸੋ ਜ਼ਾਰ ਹੈ ਵੀ ਸਿਰਫ ਇੱਕ ਮੁਸਲਮਾਨ ਨਾ ਹੋਣਾ ਕਾਫੀ ਉਹਨੂੰ ਕਿ ਕਿਸੇ ਦੇ ਖਿਲਾਫ ਚੋਰੀ ਦਾ ਕੇਸ ਬਣਾਉਣਾ ਮੁਸ਼ਕਲ ਹੈ ਲੇਕਿਨ ਜਿਹੜਾ ਕਿਸੇ ਨੂੰ ਮੁਸਲਮਾਨ ਨਾਮ ਵਾਲਿਆਂ ਨੂੰ ਜਿੱਥੇ ਮਰਜ਼ੀ ਤੁਸੀਂ دہشت گردੀ ਚ ਚੋੜ ਦਿਓ ਜੀ ਡਾਕਟਰ ਸਾਹਿਬ ਹੁਣ ਆਪਾਂ ਚਾਹਵਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਦੱਸ ਦੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਸ਼ਬਦ ਸੁਹੀ ਮਹਿਲਾ ਚੌਥਾ ਚੁਣੇ ਜੀ ਜਿਵੇਂ ਹਰ ਰਸ ਰਹੀ ਅਗਹਾਏ ਗੁਰਮੁਖ ਪੀਵੇ ਸਹਿਜ ਸਮਾਏ ਹਰ ਰਸ ਜਨ ਚਾਖੋ ਜੇ ਭਾਈ ਤੌਕਤ ਅਨਤ ਸਾਧ ਲੋ ਭਾਈ ਰਹਾਓ ਗੁਰਮਤ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਰ ਰਸ ਚਾਖਿਆ ਨ ਜਾਏ ਹੋਮੇ ਕਰੇ ਬੋਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵ ਜੀ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਰੱਬ ਦੀ ਯਾਦ ਅਸੀਂ ਕਰਦੇ ਹਾਂ ਉਸ ਜੁੜਦੇ ਹਾਂ ਤੇ ਉਸ ਯਾਦ ਦੇ ਨਾਲ ਕਿਉਂਕਿ ਜ਼ੁਬਾਨ ਦੇ ਨਾਲ ਵੀ ਜਦੋਂ ਅਸੀਂ ਸਿਮਰਨ ਕਰਦੇ ਹਾਂ ਨਾਮ ਜਪਦੇ ਤੇ ਸਾਡੇ ਅੰਦਰ ਇੱਕ ਰਸ ਭਰਦਾ ਹੈ ਅਗਾਏ ਹੁੰਦਾ ਹੈ ਰਜ ਜਾਣਾ ਜੀ ਕਿ ਜਦੋਂ ਸਾਡੀ ਜ਼ੁਬਾਨ ਦੇ ਉੱਤੇ ਰੱਬ ਦਾ ਨਾਮ ਹੁੰਦਾ ਹੈ ਉਹਦੀ ਇਬਾਦਤ ਹੁੰਦੀ ਹੈ ਤੇ ਫਿਰ ਸਾਡੀ ਜ਼ੁਬਾਨ ਰਜ ਜਾਂਦੀ ਹੈ ਗੁਰਮੁਖ ਪੀਵੇ ਸਹਿਜ ਸਮਾਇ ਗੁਰਮੁਖ ਉਸ ਰੱਬ ਦੇ ਪਿਆਰ ਦੇ ਰਸ ਨੂੰ ਪੀਂਦੇ ਨੇ ਔਰ ਸਹਿਜ ਅਵਸਥਾ ਦੇ ਵਿੱਚ ਸਹਿਜ ਦੇ ਵਿੱਚ ਉਹ ਸਮਾ ਜਾਂਦੇ ਨੇ ਉਹਨਾਂ ਦੇ ਅੰਦਰ ਸਹਿਜ ਆ ਜਾਂਦਾ ਹੈ ਹਰ ਰਸ ਜਨ ਚਾਖੋ ਜੇ ਰੇ ਭਾਈ ਤੌਕਤ ਅਨਤ ਸਾਦ ਲੋ ਭਾਈ ਕਿ ਜਿਹੜੇ হে ਭਰਾ ਜੇ ਜਿਹੜੇ ਉਸ ਵਾਹਿਗੁਰੂ ਦੇ ਰਸ ਨੂੰ ਚਖਦੇ ਨੇ ਉਹਨਾਂ ਨੂੰ ਫਿਰ ਕੋਈ ਹੋਰ ਸਵਾਦ ਲੁਭਾਂਦਾ ਨਹੀਂ ਉਹ ਕਿਸੇ ਹੋਰ ਸਵਾਦ ਦੇ ਪਿੱਛੇ ਨਹੀਂ ਜਾਂਦੇ ਉਹੀ ਉਹਨਾਂ ਦੀ ਅਲਟੀਮੇਟ ਖੁਰਾਕ ਬਣ ਜਾਂਦੀ ਹੈ ਉਸੇ ਚੋਂ ਇਹ ਉਹ ਅਘਾਏ ਉਸੇ ਚੋਂ ਇਹ ਉਹ ਸੰਤੁਸ਼ਟ ਰਜੇ ਮਹਿਸੂਸ ਕਰਦੇ ਨੇ ਗੁਰਮਤ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੁਰਾ ਉਹ ਹਮੇਸ਼ਾ ਹੀ ਰੱਬ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਔਰ ਉਹਨਾਂ ਦੇ ਉਰ ਦੇ ਅੰਦਰ ਦਿਲ ਦੇ ਅੰਦਰ ਹਮੇਸ਼ਾ ਉਹ ਗੁਰੂ ਦੀ ਮਤ ਅਨਸਾਰ ਜੀਵਨ ਜਿਉਣ ਵਾਲੇ ਰੱਬ ਦੇ ਪਿਆਰ ਨੂੰ ਹਮੇਸ਼ਾ ਆਪਣੇ ਦਿਲ 'ਚ ਰੱਖਦੇ ਨੇ ਮਨਮੁਖ ਹਰ ਰਸ ਚਾਖਿਆ ਨਾ ਜਾਏ ਹੋਮੇ ਕਰੇ ਬੋਤੀ ਮਿਲੇ ਸਜਾਏ ਜੀ ਹੁਣ ਜਿਹੜਾ ਗੁਰਮੁਖ ਹੈ ਉਹਨੇ ਮੂੰਹ ਗੁਰੂ ਵੱਲ ਕੀਤਾ ਗੁਰੂ ਦੀ ਮੱਤ ਦੇ ਉੱਤੇ ਉਹ ਮੰਨਣਾ ਕਰਦਾ ਹੈ ਅਮਲ ਕਰਦਾ ਹੈ ਉਸ ਨੂੰ ਰੱਬ ਦੇ ਪਿਆਰ ਦਾ ਰਸ ਮਿਲਦਾ ਹੈ ਉਹ ਆਨੰਦ ਚ ਹੁੰਦਾ ਹੈ ਦੂਸਰਾ ਮਨੁਖ ਮਨਮੁਖ ਹੈ ਜਿਹੜਾ ਮਨ ਦੇ ਸਾਹਮਣੇ ਆਪਣਾ ਜਿਹੜਾ ਮੂੰਹ ਮਨ ਦੇ ਸਾਹਮਣੇ ਰੱਖਦਾ ਉਹ ਮਨਾਈਆਂ ਕਰਦਾ ਜਿਦੋਂ ਕਹਿੰਦੇ ਨੇ ਜੇ ਮਨਾਈਆਂ ਕਰਦਾ ਉਹ ਮਨਾਈਆਂ ਇਹੀ ਹੈ ਕਿ ਭਈ ਉਹ ਮਨਮਰਜ਼ੀ ਕਰਦਾ ਹੈ ਉਹਦੇ ਲਈ ਕੋਈ ਰੋਹਾਨੀਅਤ ਕੋਈ ਗੁਰੂ ਕੋਈ ਅੱਲਾਹ ਤਾਲਾ ਕੋਈ ਵਾਹਿਗੁਰੂ ਖੁਦਾ ਰਾਮ ਰਹੀਮ ਉਹਦੇ ਲਈ ਕੋਈ ਅਰਥ ਨਹੀਂ ਰੱਖਦਾ ਉਹ ਤਾਂ ਕਹਿੰਦਾ ਜੀ ਇਹ ਜਗ ਮਿੱਠਾ ਅਗਲਾ ਕੰਨ ਡਿੱਠਾ ਅਗਲਾ ਕਹਿੰਦਾ ਇਹ ਦੇਖਿਆ ਇਹਨਾਂ ਇੱਕ ਹਾਉ ਪੀਓ ਕਰੋ ਅਨੰਦ ਇਹ ਜੋ ਵੀ ਹੈ ਉਹਨਾਂ ਦਾ ਕੀ ਹਰ ਹੁੰਦਾ ਹੈ ਮਨਮੁਖ ਹਰ ਰਸ ਚ ਆਖਿਆ ਨਾ ਜਾਏ ਹੋਮੇ ਕਰੇ ਹੋਮੇ ਦੇ ਵਿੱਚੋਂ ਜਿਉਂਦੇ ਨੇ ਮੈਂ 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 ਔਰ ਫਿਰ ਉਹਦਾ ਕੀ ਹੁੰਦਾ ਬਹੁਤੀ ਮਿਲ ਐ ਇੱਥੇ ਮਿਲ ਜਾਂਦੀ ਕੋਈ ਅੱਗਾ ਡੀਕਣ ਦੀ ਰੋਡ ਨਹੀਂ ਹੁੰਦੀ ਇਥੇ ਅਸੀਂ ਦੇਖਦੇ ਹਾਂ ਕਿ ਭਾਈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਯਾਦ ਕਰਵਾਇਆ ਗੁਰੂ ਅਰਜਨ ਸਾਹਿਬ ਨੇ ਸੁਖੀ ਬਸੈ ਮਸਕੀਨਿਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀ ਆ ਨਾਨਕ ਗਰਬ ਗਲੇ ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ ਉਹ ਹੰਕਾਰ ਦੇ ਨਾਲ ਹੀ ਜਿਹੜੇ ਨੇ ਗਲ ਜਾਂਦੇ ਨੇ ਤਖੀਰ ਸਤਗੁਰੂ ਨੇ ਫਰਮਾਇਆ ਨਜ਼ਰ ਕਰੇ ਤਾਂ ਹਰ ਰਸ ਪਾਵੇ ਪਰ ਇਹ ਜਿਹੜੇ ਰੱਬ ਦਾ ਰਸ ਮੰਣਨਾ ਰੱਬ ਦੀ ਯਾਦ ਮੰਣਨੀ ਹੈ ਇਵੇਂ ਨਿਰੰਕਾਰ ਦੀ ਨਜ਼ਰ ਦੇ ਨਾਲ ਹੈ ਉਹਦੀ ਕਰਮ ਦੇ ਨਾਲ ਹੈ ਉਹਦੇ ਬਖਸ਼ਿਸ਼ ਤੇ ਨਾਲ ਹੈ ਜੀ ਨਾਨਕ ਹਰ ਰਸ ਹਰ ਗੁਣ ਗਾਵੇ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਇਹ ਨਿਰੰਕਾਰ ਦਾ ਦੀ ਬਖਸ਼ਿਸ਼ ਹੁੰਦੀ ਹੈ ਨਜ਼ਰ ਹੁੰਦੀ ਹੈ ਤੇ ਫਿਰ ਹਰੀ ਦਾ ਰਸ ਮਿਲਦਾ ਹੈ ਪਿਆਰੇ ਦੀ ਯਾਦ ਮਿਲਦੀ ਹੈ ਤੇ ਫਿਰ ਦਿਨ ਰਾਤ ਉਸ ਹਰੀ ਦੇ ਵਾਗਰੂ ਦੇ ਗੁਣ ਗਾਏ ਜਾਂਦੇ ਨੇ ਔਰ ਫਿਰ ਉਹ ਕਹਿੰਦਾ ਜਿਹੜਾ ਜਗਿਆਸੂ ਹੈ ਵਿਸਰ ਨਹੀਂ ਦੋਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦੰਗਾ ਨਾਨਕ ਚਾਹਵੇ ਹੋ ਜੀ ਰਸ਼ਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮਿਚ ਤੇ ਆਇਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਐਸਨ ਆਪਣੇ ਵੀਅਰਸ ਕੋਲ ਲੈਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਪਤਨ ਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਲਣਾ ਸਾਡੇ ਇਸ ਪਤੇ ਤੇ SOSATV24.tv ਤੇ ਅਸੀਂ ਆਪਣਾ ਪ੍ਰੋਗਰਾਮ ਆ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਇੱਥੇ ਆਪਣਾ ਸੁਣਾ ਗਿਆ ਦਿਓ ਦੇਖਦੇ ਰੋ ਟੀਵੀ 84 ਬਲਾਦੇ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ